नहीं तेरा 20 दिन ब्याह, तू गली च बह के रोटी खानी है। लो भाई जी आ गई अपनी चटनी कंडिया दी, नाल आ गई दाल मूंगी दी। हाँ जी, कादी तैयारी कर रहे हैं ने? कादी सब्जी बना लूंगे आज, आलू ते शिमला मिर्च। आज फिर अपना खान पीन दा प्रोग्राम है। उधर ते खुलिया की ते खुलिया की खुलिया दोपहर की रोटी की तैयारी कर। सब्जी तड़का लाई जाते हैं, रोटी बस बनी जानी है थोड़े टाइम, फिर खावे रोटी। साडा तो काम ही रोटियां खान का है, अपना तो काम ही रोटियां खान का। मैं की कहता सी गल करनी थी मैं घर, तो फिर यह जे लोग बनते होंगे है ना, क्योंकि घर रही सारा दिन, ब्याह तक हम अस घर ही हाँ, तो करके वो करके भी घर जो कुछ बनया करू है। आटा है नी, आटा पता नहीं क्यों मासा जहा गुन दो, फिर दोबारे लग जाने गुन्न, एक बार इना गुन लो भी चार दिन चल जे। बाती गुन ली ठंड नहीं लगती हूं तेन अंदर आके कोट लाता। मैं तो ना कोट गंदा हो गया, चूड़ी करके बाहां ताणी चढ़ दियां फिर उनू आटा लग जांदा। अच्छा, आटे की पीपी भी अद्धी हो गई है, बस मुक जाने भी छेती। चौल बना लेते अच, दाल चौल माणी, दाल चौल माणी बनाना सी, नमकीन चौल की खाने है। ठीक है, बंदे नूं चाह दी लोड़ होवे तां चाह बनी बनाई मिल जांदी है, बस कल्ली गर्म करन वाली सीगी। इधर गैस चली जाती है, बस हम पानी इधर गर्म होना, घुट के पानी पी के मुड़के चाह पी लैनी है। मैं तुझे पीनी नहीं पीनी? हाँ पियो, मासा जो चाह मासा भी डुल गई ना देख ली, तेरे उत्ते पा देनी है गर्म गर्म। अच्छा। ठीक है, हाँ और डोलती हम की किया जाए तेरे न, स्कीमी नू कड़छी मार दी सब्जी पूरी कटनी है जी, कड़छी दूजी ले स्टार्ट करता आटा गुनना। देखो किमें नौ च फस जाना तेरे आटा, एडे एडे नौ बधाई हुए जेडे, मैनू कड़ा आंदा गुनना, सलाह ही देन जोगे हैं। धुप्पे ठंड नहीं लगती है ना, हवा भी चली जाती है। हूं की ला के कोट आ गई तू बाहर, आसमान पूरा साफ है, दो दिन तक बादल नहीं नजर आएंगे। क्यों नहीं आएंगे? क्योंकि आसमान साफ है थोड़ी हौली रही करके जरूर दस्यो, मेरी तो पट ढोल वर्गी एडी आवाज है,
ਮੈਂ ਕਿਹੜਾ ਇੱਥੇ ਗਾਣੇ ਗਾਉਣੇ ਨੇ ਬਸ ਨਹੀਂ ਸੋਹਣੀ ਮੇਰੀ ਇੰਨਾ ਸੋਹਣਾ ਰੱਬ ਨੇ ਮੁੰਡਾ ਬਣਾਇਆ ਇੰਨੀ ਸੋਹਣੀ ਆਵਾਜ਼ ਨਹੀਂ ਮੈਂ ਤਾਂ ਕੋਈ ਸੋਹਣਾ ਨਹੀਂ ਹੈਗਾ ਹੋਰ ਕੌਣ ਸੋਹਣਾ ਮੈਂ ਤਾਂ ਨਹੀਂ ਇੰਨਾ ਸੋਹਣਾ ਹੈਗਾ ਮੇਰੇ ਤੋਂ ਸੋਹਣੇ ਬਥੇਰੇ ਤੁਰੇ ਫਿਰਦੇ ਇੱਥੇ ਮੇਰੇ ਲਈ ਤਾਂ ਤੁਸੀਂ ਸੋਹਣੇ ਆ ਮੈਂ ਸੋਹਣਿਆ ਤੋਂ ਕੀ ਲੈਣਾ ਮੇਰੇ ਲਈ ਤੁਸੀਂ ਸੋਹਣੇ ਆ ਆਏ ਹਾਏ ਹਾਏ ਤੇਰਾ ਡਾਇਲੋਗ ਹੈ ਦੰਦ ਦਿਖਾਓ ਥੋੜੀ ਜਿਹੀ ਕਿਉਂ ਦੰਦ ਵਧੀਆ ਨਾ ਤੇਰੇ ਸਿੱਧੇ ਸਿੱਧੇ ਦੰਦ ਆ ਨਾ ਤੇਰੇ ਜਮਾ ਆਈ ਆ ਫਿਰ ਕੱਲੇ ਉੱਪਰਲੇ ਦੰਦ ਹੀ ਲੱਭਦੇ ਥੱਲੜੇ ਦੰਦ ਤਾਂ ਲੁਕ ਹੀ ਜਾਂਦੇ ਆ ਕਿ ਐਂ ਫੇਰ ਹੀ ਦੱਸਾਂਗੇ ਦੰਦ ਵਿੱਚ ਕੋਈ ਵਿੰਗ ਵਾਲ ਦੱਸ ਹੈਗਾ ਵਿੰਗ ਵਾਲ ਇੱਕ ਦੰਦ ਚ ਉਹ ਤਾਂ ਸਾਰਿਆਂ ਨੂੰ ਬਹੁਤ ਸੋਹਣਾ ਲੱਗਦਾ ਹਾਂ ਅਮਨਿੰਦਰ ਗੱਲ ਦੇ ਉਹਵੇਂ ਦੰਦ ਉਹ ਤਾਂ ਜਦੋਂ ਆਪਾਂ ਸਮਾਈਲ ਕਰਦੇ ਆ ਨਾ ਥੋੜਾ ਚੜਿਆ ਜਿਹਾ ਦੰਦ ਘੈਂਟ ਲੱਗਦਾ ਹੁੰਦਾ ਫਿਰ ਤਾਂ ਚੜਿਆ ਹੀ ਨਹੀਂ ਕੋਈ ਚੜਿਆ ਹੋਇਆ ਸੁਸਤੀ ਨਾ ਪਾਏ ਤੇ ਸਵੇਰ ਰਾਤ ਸੁੱਤੀ ਨੀ ਰਾਤ ਰਾਤ ਸੌਂਦੀ ਨੀ ਤਿੰਨ ਵਜੇ ਸੁੱਤੇ ਘਬਰਾ ਪਈ ਜਾਂਦਾ ਉਹ ਤੋਂ ਪੀ ਕੇ ਆਲੂ ਵਾਲੇ ਖਾ ਕੇ ਪਰੌਂਠੇ ਘਿਓ ਵਾਲੇ ਦੇਸੀ ਵਾਲੇ ਦੂਜੇ ਚਾਹੇ ਕਿਹੜਾ ਵੀ ਘਿਓ ਪਰ ਰਾਤ ਨੂੰ ਨੀ ਖਾਣੇ ਚਾਹੀਦੇ ਪਰੌਂਠੇ ਲੱਗ ਜਾਂਦੇ ਖਾਣ ਤਾਂ ਹੀ ਤੁਹਾਡਾ ਫਿਰ ਐਂ ਚਿਤ ਘਬਰਾਉਂਦਾ ਸਾਰੀ ਰਾਤ ਘਬਰਾਏਗੀ ਨਾ ਮੈਨੂੰ ਸੌਂ ਦਿੱਤਾ ਨਾ ਆਪ ਸੁੱਤੀ ਮੈਨੂੰ ਉਹੀ ਨੀਂਦਰਾ ਰੱਖਿਆ ਮੈਨੂੰ ਹੁਣ ਨੀਂਦ ਆਈ ਜਾਂਦੀ ਆ ਬਸ ਕੀ ਕਰਾਂ ਹੈਂ ਕੀ ਕਰਾਉਣਾ ਰਿਪੋਂਟਿੰਗ ਕਰਾਉਣੀ ਆ ਦੁਬਾਰਾ ਫਿਰ ਤੇ ਉਹਦੇ ਉਹਦੇ ਕਲਰ ਕਰਾਇਆ ਸੀ ਉਹਦੇ ਕਰਾ ਲਾਣਾ ਸੀ ਕਮੈਂਟ ਕਰਕੇ ਦੱਸਿਓ ਵੀ ਮੇਰੇ ਇਹ ਵਾਲ ਸੋਹਣੇ ਲੱਗਦੇ ਆ ਜਾਂ ਬ੍ਰਾਊਨ ਹੇਅਰ ਹੀ ਵਧੀਆ ਸੀ ਮੈਂ ਬਲੈਕ ਕਲਰ ਬਲੈਕ ਸੋਹਣੇ ਲੱਗਦੇ ਆ ਨੈਚੁਰਲ ਕਲਰ ਹੁੰਦਾ ਬਲੈਕ ਬ੍ਰਾਊਨ ਬ੍ਰਾਊਨ ਤਾਂ ਉਹ ਤਾਂ ਕੁਦਰਤੀ ਕਿਸੇ ਦੇ ਹੋ ਜਾਂਦੇ ਆ ਬਾਕੀ ਦਾ ਕਲਰ ਕਰਾ ਕੇ ਕਰਦੇ ਆ ਨੈਚੁਰਲ ਕਲਰ ਤਾਂ ਨਹੀਂ ਬ੍ਰਾਊਨ ਬਲੈਕ ਹੈਗਾ ਮੇਰਾ ਬ੍ਰਾਊਨ ਹੀ ਹੈ ਨੈਚੁਰਲ ਦੀ ਕਿਵੇਂ ਦਾ ਫੀਲ ਕਰ ਰਹੇ ਹੋ ਤੁਸੀਂ ਵੀ ਤੁਹਾਡੀ ਸੱਸ ਦੋ ਦਿਨਾਂ ਤੋਂ ਪੇਕੇ ਗਈ ਹੋਈ ਆ ਵੀ ਦੋ ਦਿਨਾਂ ਬਾਅਦ ਫੇਰ ਬਾਅਦ ਦੋ ਦਿਨ ਬਾਅਦ ਘਰੇ ਆਉਣਾ ਉਹਨੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕੀ ਕਹਿਣਾ ਵਾ ਘਿਓ ਤਾਂ ਤੁਸੀਂ ਖਾਲੀ ਕਰਤਾ ਹੋਰ ਕੀ ਖਾਣਾ ਤੁਸੀਂ ਆ ਹੀ ਜਾਣਾ ਉਹਨਾਂ ਨੇ ਕੱਲ ਨੂੰ ਪਰਸੋਂ ਤੱਕ ਜੀ ਲੱਗਦਾ ਬਿਨਾਂ ਸੱਸ ਤੋਂ ਨਾਂ ਤਾਂ ਹੈਗੀ ਆ ਬਿਨਾਂ ਸੱਸ ਤੋਂ ਘਰੇ ਜੀ ਲੱਗਦਾ ਨਹੀਂ ਸੱਸ ਕਿਹੜਾ ਲੜਦੀ ਆ ਜੇ ਲੜਦੀ ਹੁੰਦੀ ਫੇਰ ਨਹੀਂ ਜੀ ਲੱਗਣਾ ਸੀ ਵਧੀਆ ਰਹਿੰਦੀ ਆ ਤੇ ਕੀ ਤੁਸੀਂ ਪੁੱਛਦੇ ਪਏ ਮੈਂ ਬਲੌਗ ਚੈਟ ਕਰਦਾ ਜਿਹਦਾ ਵਿਆਹ ਸਾਡੇ ਘਰੇ ਉਹ ਕੁੜੀ ਆਪ ਹੀ ਆਪਦੇ ਸੂਟ ਸਿਉਂਈ ਜਾਂਦੀ ਹੈ ਮਸ਼ੀਨ 'ਤੇ ਲੱਗੀ ਪਈ ਆ ਸਵੇਰੇ ਉੱਠਣ ਸਾਰ ਲੱਗ ਜਾਂਦੀ ਆ 7 ਵਜੇ ਆਦਿ ਖੜਕਾ ਹੋ ਹੀ ਜਾਂਦਾ ਘਰੇ ਸੁਣਦਾ ਹੀ ਹੋਊ ਮਾੜਾ ਮੋਟਾ ਤੁਹਾਨੂੰ ਮਸ਼ੀਨ ਦਾ ਜੇ ਨਹੀਂ ਸੁਣਦਾ ਤੁਹਾਨੂੰ ਦਿਖਾ ਦਾਂਗਾ ਇਹ ਖੜਕਾ ਮਸ਼ੀਨ ਦਾ ਹੀ ਆ ਤੜਕੇ ਦੀ ਲੱਗੀ ਹੋਈ ਆ ਕਹਿੰਦੀ ਜਿਹੜੇ ਥੋੜੇ ਬਹੁਤੇ ਸਿੰਪਲ ਸੂਟ ਆ ਨਾ ਉਹ ਮੈਂ ਆਪੇ ਬਣਾ ਲੈਂਦੀ ਹਾਂ ਬਾਕੀ ਤਾਂ ਟੇਲਰ ਤੋਂ ਹੀ ਤਿਆਰ ਕਰਵਾਏ ਹੋਏ ਆ ਕਿਉਂਕਿ ਆਪ ਵੀ ਸਟਿਚਿੰਗ ਕਰਦੇ ਆ ਨਾ ਫਿਰ ਇਹਨਾਂ ਨੂੰ ਕਿਸੇ ਦੇ ਸੂਟ ਪਸੰਦ ਨਹੀਂ ਆਉਂਦੇ ਬਣੇ ਹੋਏ ਹਾਂ ਹਾਂਜੀ ਜਿਹੜਾ ਤੁਸੀਂ ਮੰਜਾ ਦੇਖ ਰਹੇ ਹੋ ਅੱਜ ਤੇ ਅਸੀਂ ਬੈਠੇ ਹਾਂ ਨਾ ਇਹ ਜਦੋਂ ਅਸੀਂ ਛੋਟੇ ਹੁੰਦੇ ਸੀ ਜਦੋਂ ਅਸੀਂ ਇੱਥੇ ਆਏ ਹਾਂ ਡੈਡੀ ਦੀ ਟਰਾਂਸਫਰ ਹੋਈ ਸੀ ਇੱਥੇ ਬਠਿੰਡੇ ਜ਼ਿਲ੍ਹੇ 'ਚ ਉਦੋਂ ਦਾ ਲਿਆ ਹੋਇਆ ਅਤੇ ਨਾ ਕੋਈ ਇਹਦਾ ਪਾਵਾ ਟੁੱਟਿਆ ਨਾ ਕੋਈ ਇਹਦਾ ਬਾਹੀ ਟੁੱਟੀ ਆ ਬਸ ਇਕੱਲੀ ਆਹ ਨਵਾਰ ਹੀ ਚੇਂਜ ਕਰਦੇ ਹਾਂ ਅਤੇ ਆਹ ਰੱਸੀਆਂ ਜਿਹੜੀਆਂ ਕੀ ਹੁੰਦੀਆਂ ਇਹ ਬਾਂਸ ਦਾ ਮੰਜਾ ਬਾਂਸ ਦਾ ਮੰਜਾ ਉਹ ਤਾਂ ਪਤਾ ਹੀ ਆ ਦਿਸੀ ਜਾਂਦਾ ਹਾਂ ਉਦੋਂ ਦਾ ਹੈ ਸਾਡੇ ਕੋਲ ਅਤੇ ਹੈ ਨਿੱਕਾ ਉਦੋਂ ਅਸੀਂ ਨਿੱਕੇ ਹੁੰਦੇ ਸੀ ਆ ਜਾਂਦੇ ਸੀ ਪੂਰੇ ਪਰ ਹੁਣ ਇੱਥੇ ਪੂਰੇ ਨਹੀਂ ਆਉਂਦੇ ਅਸੀਂ ਲੱਤਾਂ ਬਾਹਰ ਜਾਂਦੀਆਂ ਸਾਡੀਆਂ ਅਤੇ ਬਸ ਹੁਣ ਇਹ ਤੇ ਬੈਠੇ ਰਹਿੰਦੇ ਬਾਹਰ ਧੁੱਪੇ ਗਲੀ ਚ ਮੰਜਾ ਡਾਹ ਕੇ ਵਿਆਹ ਵਾਲੀ ਕੁੜੀ ਦੇਖ ਲੋ ਬਾਹਰ ਬੈਠੀ ਗਲੀ ਚ ਰੋਟੀ ਖਾਈ ਜਾਂਦੀ ਆਰਡਰ ਮਾਰੀ ਜਾਂਦੀ ਰੋਟੀ ਫੜਾ ਜਾਓ ਮੈਨੂੰ ਆ ਉੱਪਰਲੀ ਆ
हाँ रोटी फड़ा के आना एक नहीं तेरा 20 दिन ब्याह तू गली च बह के रोटी खानी माड़ी मोटी शर्म कर ला गली च मजड़ा के रोटी खान लग जूगी। हाँ जी अपनी रोटी आ गई प्लेट च पा के तो मैं लेके आया कहती मेरा ढिड दुखन लग गया पता नहीं खड़ी खड़ी का की हो गया तो इस करके फिर मैनू रोटी पानी पई तो मैं रोटी पा के लेके आया तो हूँ खा रही है भांडे मैं ही चकने बाद चो क्योंकि ढिड दुखदा मैडम का तो हूँ सारा कुछ मैनू करना पैना घरे असी दोनों हाँ तो भैन भैन तो आदि बहर धुप्पे पई आराम ब्याह वाली कहीं मैं तो कोई काम नहीं करना मैंने तो ब्याह दो 20 दिन मुड़के कह रही ब्याह तो वह काम ही काम वा चटनी बनती है रोज लस्सी नाल खांदे रोज दही च पा पा चटनियां हुण लगे खान महाराणी जी महाराणी जी हरे गंढे भी खांदे आ नाल ते जदों गंढिआं दी चटणी आ ते हरे गंढे की करने हुंदे आ तुसीं की गल तुहाडा बोल बैठा होया तुसीं बोल नहीं सकदे नहीं क्यों जी